ਤੁਸੀਂ ਰਾਤ ਨੂੰ ਡੇਢ ਵਜੇ ਹਮਲਾ ਕੀਤਾ, ਠੀਕ ਹੈ, ਰਾਤ ਨੂੰ ਤੂੰ ਮੇਰੇ ਗੋਲੀ ਮਰਵਾਤੀ ਮੰਮੀ, ਤੈਂ ਮੇਰੇ ਗੋਲੀ ਮਰਵਾਤੀ ਅੱਜ, ਤੈਂ ਮੇਰੇ ਗੋਲੀ ਮਰਵਾਤੀ। ਉਹ ਲੋਕੋ, ਉਹ ਮੈਂ ਖੇੜੀ ਵਾਲੇ ਨੂੰ ਧੀ ਦੇ ਕੇ ਪਛਤਾ। ਮੈਂ ਖੇੜੀ ਵਾਲੇ ਬਾਬੇ ਨਾਲ ਉਹਦੀ ਕੁੜੀ ਗਈ ਸੀ, ਬਾਰ ਬਾਰ ਮੇਰੇ ਤੋਂ ਦਾਜ ਦੀ ਮੰਗ ਕਰਦੇ ਸੀਗੇ, ਨਸ਼ੇ ਕਰਦਾ, 3-4 ਵਾਰ ਕੁੜੀ ਲੜ ਕੇ ਤੋਰਤੀ, ਬੱਲੇ ਆਉਂਦੇ ਅਸੀਂ ਫਿਰ ਤੋਰ ਬੰਦੇ ਲੈ। ਹੁਣ ਵੀ 3 ਮਹੀਨੇ ਹੋ ਗਏ ਕੁੜੀ ਨੂੰ ਮੇਰੇ ਕੋਲ ਘਰੇ ਬੈਠੀ ਨੂੰ। ਇੱਕ ਦਿਨ ਰਾਤ ਨੂੰ 1:30 ਵਜੇ ਆਇਆ ਅਸੀਂ ਪੁਲਿਸ ਦੇ ਘਰ, 112 ਤੇ ਮੈਂ ਉਦੋਂ ਵੀ ਕਾਲ ਕੀਤੀ, ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਦੋਂ 3 ਬੰਦੇ ਮੇਰੇ ਘਰੇ ਆਏ ਸੀ, ਅੱਜ ਵੀ 3 ਜਣੇ ਆਏ ਸੀਗੇ। ਫਿਰ ਮੇਰੀ ਮਾਂ ਨੂੰ ਬਿਠਾ ਲਿਆ, ਮੇਰੀ ਮਾਂ ਵੀ ਨਾਲ ਆਈ ਹੋਈ ਸੀਗੀ। ਇਹ 3 ਜਣੇ ਇਹਦੇ ਨਾਲ ਹੋ ਰਹੇ ਸੀ, 2 ਰਿਵਾਲਵਰ ਸੀਗੇ ਇਹਨਾਂ ਤੋਂ, 2 ਰਿਵਾਲਵਰਾਂ ਨਾਲ ਇਹਨਾਂ ਨੇ ਗੋਲੀਆਂ ਮਾਰੀਆਂ। ਬਾਪੇ ਨੇ ਮੇਰੀ ਲੱਤ ਤੇ ਗੋਲੀ ਮਾਰੀ ਹੈ, ਕਹਿੰਦਾ ਮੈਂ ਲੈ ਕੇ ਜਾਊਂਗਾ, ਨਹੀਂ ਤੁਹਾਨੂੰ ਮਾਰੂਗਾ, ਕਹਿੰਦਾ ਤੁਹਾਨੂੰ ਮਾਰ ਕੇ ਮੈਂ ਲੈ ਕੇ ਜਾਊਂਗਾ। ਮੇਰੀ ਕੁੜੀ ਦੇ ਦਿਮਾਗ ਦੇ ਵਿੱਚ ਇਹਨੇ ਡਰ ਬਿਠਾ ਰੱਖਿਆ, ਡਰ ਬੁਰੀ ਤਰ੍ਹਾਂ ਵੀ ਤੇਰੇ ਮਾਂ ਬਾਪਾਂ ਨੂੰ ਮੈਂ ਮਾਰਦੀ, ਤੇਰੀ ਮਾਂ ਨੂੰ ਮਾਰਦੀ, ਤੇਰੇ ਭਾਈ ਨੂੰ ਮਾਰਦੀ। ਉਹ ਡਰਾਈ ਪਈ ਹੈ, ਹੁਣ ਮੇਰੀ ਕੁੜੀ ਪੜ੍ਹਨਾ ਚਾਹੁੰਦੀ ਹੈ, ਪੜ੍ਹਨ ਵੀ ਨਹੀਂ ਦੇ ਰਿਹਾ ਮੇਰੀ ਕੁੜੀ ਨੂੰ। ਮੈਂ ਫੀਸ ਭਰੀ ਹੋਈ ਹੈ। ਕਿੰਨੇ ਵਜੇ ਆਏ ਸੀ, ਕੀ ਮਾਮਲਾ ਹੋਇਆ? ਇਹ 3:15 ਮੇਰੇ ਘਰੇ ਆਇਆ, ਮੈਂ ਪੁਲਿਸ ਨੂੰ ਵੀ ਫੋਨ ਕੀਤਾ, ਇਹ ਮੈਨੂੰ ਕਹਿੰਦਾ ਮੈਂ ਕੰਧ ਟੱਪ ਦੀ, ਕਹਿੰਦਾ ਮੇਰੀ ਕੰਧ ਨਹੀਂ ਟੱਪ ਸਕਦਾ। ਕਹਿੰਦਾ ਸੀ, ਕਹਿੰਦਾ ਕੋਈ ਖਾੜਕੂ ਆ, ਕਹਿੰਦਾ ਮੇਰੇ ਨਾਲ ਬ੍ਰਹਮੇ ਦਾ ਬ੍ਰਹਮੇ ਦਾ ਕੋਈ ਬੰਦਾ ਸੀਗਾ ਉਹਦੇ ਨਾਲ, ਮੈਨੂੰ ਨੀ ਪਤਾ। ਮੈਂ ਪਹਿਲੀ ਵਾਰ ਦੇਖਿਆ, ਮੈਂ ਉਹਦੇ ਪੈਰਾਂ 'ਚ ਪੱਗ ਵੀ ਰੱਖੀ ਕਿ ਵੀਰੇ ਮੈਂ ਨੀ ਆਪਣੀ ਕੁੜੀ ਤੋਰਤੀ ਹੈਗੀ, ਆਹ ਕੁਛ ਕਰਦਾ, ਮੈਂ ਅੱਜ ਤੁਹਾਨੂੰ ਦਰਵਾਜ਼ਾ ਦਿਖਾਵਾਂ। ਚੱਲ ਮੈਂ ਦਰਵਾਜ਼ਾ ਦਿਖਾਉਣ ਨੂੰ ਕਿਹਾ ਵੀ ਆ ਜਾ, ਦੋ ਗੇਟ ਤੋਂ ਮੇਰੀ ਜਦੋਂ ਪਿਛਲੇ ਦਰਵਾਜ਼ੇ ਵੱਲ ਨੂੰ ਲੈ ਕੇ ਜਾ ਰਹੀ, ਜਦੋਂ ਇਹਨੇ ਰਿਵਾਲਵਰ ਨਾਲ ਮੇਰੇ ਤੇ ਹਮਲਾ ਕਰਤਾ ਵੀ ਮੇਰਾ, ਮੇਰੀਆਂ ਗੱਲਾਂ ਨੇ ਸਾਹਮਣੇ ਦੁਨੀਆਂ ਤੋਂ ਲੈ ਕੇ ਨਾ, ਪਤਾ ਹੀ ਨੀ ਕਿੰਨੀਆਂ ਚਲਾਈਆਂ, 2 ਰਿਵਾਲਵਰ ਸੀ ਮੇਰੇ ਪੱਟ 'ਚ, ਗੋਲੀ ਵੱਜੀ ਆ ਪਿੱਛੇ ਲੱਤ 'ਚ, ਗੋਲੀ ਵੱਜ ਕੇ ਬੁਰੇ ਨਿਕਲ ਗਈ। ਪਹਿਲਾਂ ਵੀ 112 ਤੇ ਕੰਪਲੇਂਟ ਕੀਤੀ ਸੀਗੀ, ਜਦੋਂ ਰਾਤ ਨੂੰ ਇਹਨੇ ਮੇਰੇ ਘਰ ਤੇ ਹਮਲਾ ਕੀਤਾ, ਮੇਰੇ ਦਰਵਾਜ਼ੇ ਤੋੜੇ ਪਏ ਨੇ, ਪੁਲਿਸ ਨੇ ਕੋਈ ਕਾਰਵਾਈ ਨੀ ਕੀਤੀ ਹੈਗੀ। ਕੀ ਮੰਗ ਕਰਦੇ ਹੋ? ਮੈਂ ਇਨਸਾਫ਼ ਦੀ ਮੰਗ ਕਰਦੀ ਹਾਂ।